ਮੈਂ ਹਰਵਿੰਦਰ ਕੌਰ ਅਸਿਸਟੈਂਟ ਪ੍ਰੋਫੈਸਰ ਪੰਜਾਬੀ ਵਿਭਾਗ ਜੀਜੀਡੀ ਐਸਟੀ ਕਾਲਜ ਹਰਿਆਣਾ ਜ਼ਿਲ੍ਹਾ ਹੁਸ਼ਿਆਰਪੁਰ ਅੱਜ ਤੁਹਾਡੇ ਨਾਲ ਨੰਦ ਲਾਲ ਨੂਰਪੂਰੀ ਦੀ ਕਵਿਤਾ ਚੁਮ ਚੁਮ ਰੱਖੋ ਦੀ ਵਿਆਖਿਆ ਸੰਬੰਧੀ ਗੱਲ ਕਰਾਂਗੀ ਇਸ ਕਵਿਤਾ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵੱਲੋਂ 12ਵੀਂ ਕਲਾਸ ਦੀ ਲਾਜ਼ਮੀ ਪੰਜਾਬੀ ਦੇ ਸਿਲੇਬਸ ਵਿੱਚ ਸ਼ਾਮਿਲ ਕੀਤਾ ਗਿਆ ਹੈ ਸਭ ਤੋਂ ਪਹਿਲਾਂ ਮੈਂ ਥੋੜੀ ਜਹੀ ਕਵੀ ਬਾਰੇ ਗੱਲ ਕਰਾਂਗੀ ਨੰਦ ਲਾਲ ਨੂਰਪੁਰੀ ਨੇ ਬਹੁਤ ਸਾਰਾ ਲੋਕ ਕਾਵ ਰਚਿਆ ਅਤੇ ਬਹੁਤ ਸਾਰੇ ਗੀਤ ਰਿਕਾਰਡ ਕੀਤੇ ਉਹਨਾਂ ਨੇ ਮੈਂ ਵਤਨ ਦਾ ਸ਼ਹੀਦ ਗੀਤ ਸਰਦਾਰ ਭਗਤ ਸਿੰਘ ਦੀ ਸ਼ਹੀਦੀ ਬਾਰੇ ਲਿਖਿਆ ਜੋ ਮਸ਼ਹੂਰ ਹੋਇਆ ਉਹਨਾਂ ਦੇ ਪੰਜਾਬ ਬੋਲਿਆ ਆਖਰੀ ਸੁਗਾਤ ਸੁਗਾਤ ਅਤੇ ਨੂਰਪੁਰੀ ਦੇ ਗੀਤ ਆਦ ਗੀਤਾ ਅਤੇ ਕਵਿਤਾਵਾਂ ਦੇ ਸੰਗ੍ਰਹਿ ਪ੍ਰਕਾਸ਼ਿਤ ਹੋਏ ਤੁਮ ਤੁਮ ਰੱਖੋ ਨੀ ਇਹ ਕੱਲ ਕੀ ਜੁਝਾਰ ਦੀ ਫੁੱਲਾਂ ਨਾਲ ਗੁੰਦੋ ਲੜੀ ਹੀਰਿਆਂ ਦੇ ਹਾਰ ਦੀ ਜੰਗ ਵਿੱਚ ਲੜ ਕੇ ਸਿਪਾਹੀ ਮੇਰੇ ਆਉਣਗੇ ਚੰਦਾਂ ਦੇਆਂ ਚਿਹਰਿਆਂ ਤੋਂ ਚੰਦ ਮੁਸਕਰਾਉਣਗੇ ਵੇੜੇ ਵਿੱਚ ਠਾਠਾ ਮਾਰੂ ਖੁਸ਼ੀ ਸੰਸਾਰ ਦੀ ਟੁੰਬ-ਟੁੰਮ ਰੱਖੋ ਨੀ ਇਹ ਕੱਲ ਕੀ ਜੁਝਾਰ ਦੀ ਇਸ ਗੀਤ ਵਿੱਚ ਮਾਤਾ ਜੀਤੋ ਜੀ ਡੰਗ ਵਿੱਚ ਗਏ ਆਪਣੇ ਦੋ ਵੱਡੇ ਸੁਪੁੱਤਰਾਂ ਸਹਬਜ਼ਾਦਾ ਅਜੀਤ ਸਿੰਘ ਤੇ ਸਹਬਜ਼ਾਦਾ ਦੁਝਾਰ ਸਿੰਘ ਦੀ ਉਡੀਕ ਕਰਦੀ ਹੈ ਪਰ ਉਹ ਵਾਪਸ ਨਹੀਂ ਆਉਂਦੇ ਕਿਉਂਕਿ ਉਹ ਸ਼ਹੀਦੀ ਪ੍ਰਾਪਤ ਕਰ ਚੁੱਕੇ ਸਨ ਇਨ੍ਹਾਂ ਸਤਰਾ ਵਿੱਚ ਮਾਤਾ ਜੀਤੋ ਜੀ ਦੁਆਰਾ ਜਾਂਗ ਵਿੱਚ ਗਏ ਦੋਹਾਂ ਸੁਪੁੱਤਰਾਂ ਦੀ ਉਡੀਕ ਦਾ ਵਰਣਨ ਹੈ ਮਾਤਾ ਜੀਤੋ ਜੀ ਆਪਣੀਆਂ ਸਹੇਲੀਆਂ ਨੂੰ ਕਹਿ ਰਹੀ ਸੀ ਕਿ ਜੁਝਾਰ ਦੀ ਇਸ ਕਲਗੀ ਨੂੰ ਚੁੰਮ ਚੁੰਮ ਕੇ ਰੱਖੋ ਉਸ ਹੀਰਿਆਂ ਦੇ ਹਾਰ ਮੇਰੇ ਸੁਪੁੱਤਰ ਦੇ ਗਾਲ ਵਿੱਚ ਪਾਉਣ ਵਾਲੀ ਇਸ ਲੜੀ ਨੂੰ ਫੁੱਲਾਂ ਨਾਲ ਗੁੰਦੋ ਮੇਰੇ ਸਿਪਾਹੀ ਸੁਪੁੱਤਰ ਚਮਕੌਰ ਦੀ ਜੰਗ ਵਿੱਚੋਂ ਲੜ ਕੇ ਆਉਣਗੇ ਤਾਂ ਮੇਰੇ ਚੰਦ ਵਰਗੇ ਸੁਪੁੱਤਰਾਂ ਦੇ ਚਿਹਰਿਆਂ ਉੱਤੇ ਜਿੱਤ ਦੀ ਖੁਸ਼ੀ ਦੇ ਚੰਦ ਮੁਸਕਰਾਉਂਦੇ ਹੋਏ ਦਿਖਾਈ ਦੇਣਗੇ ਉਸ ਵੇਲੇ ਮੇਰੇ ਵਿਹੜੇ ਵਿੱਚ ਸਾਰੇ ਸੰਸਾਰ ਦੀ ਖੁਸ਼ੀ ਠਾਠਾ ਮਾਰਦੀ ਦਿਖਾਈ ਦੇਵੇਗੀ ਇਸ ਲਈ ਜੁਝਾਰ ਦੀ ਕਲਗੀ ਨੂੰ ਚੁੰਮ ਚੁੰਮ ਕੇ ਰੱਖੋ ਕੁлле-ਕੁлле ਹੱਥ ਕਿਰਪਾਨਾਂ ਵਿੱਚ ਗੋਰੀਆਂ ਕੱਲ ਨੇ ਸਵੇਰ ਦੀਆਂ ਜੋੜੀਆਂ ਮੈਂ ਤੋਰੀਆਂ ਜਿਨ੍ਹਾਂ ਦਾ ਵਿਛੋੜਾ ਮੈਂ ਨਾ ਪਾਲਿਸੀ ਸਹਾਰ ਦੀ ਚੁੰਮ ਚੁੰਮ ਰੱਖੋ ਨੀ ਇਕ ਕੱਲ ਗੀਜੁਝਾਰ ਦੀ ਮਾਤਾ ਜੀਤੋ ਜੀ ਆਪਣੀਆਂ ਸਹੇਲੀਆਂ ਨੂੰ ਕਹਿ ਰਹੀ ਸੀ ਕਿ ਮੈਂ ਦੋਹਾਂ ਸੁਪੁੱਤਰਾਂ ਦੀ ਜੋੜੀ ਦੇ ਕੁਲੇ ਹੱਥਾਂ ਵਿੱਚ ਚਮਕਦੀਆਂ ਤਲਵਾਰਾਂ ਦੇ ਕੇ ਕੱਲ ਸਵੇਰੇ ਉਹਨਾਂ ਨੂੰ ਘਰੋਂ ਤੋਰਿਆ ਸੀ ਜਦਕਿ ਉਹਨਾਂ ਦਾ ਵਿਛੋੜਾ ਤਾਂ ਮੈਂ ਪਲ ਪਰ ਲਈ ਵੀ ਨਹੀਂ ਸਾ ਸਹਾਰ ਦੀ ਅੱਜ ਉਹਨਾਂ ਦੇ ਵਿਛੋੜੇ ਵਿੱਚ ਮੇਰੇ ਜੁਝਾਰ ਦੀ ਕਲਗੀ ਨੂੰ ਚੁੰਮ ਚੁੰਮ ਕੇ ਰੱਖੋ ਕੋੜਿਆਂ ਦੇ ਪੌੜ ਜਦੋਂ ਕੰਨਾਂ ਸੋਨੇ ਵੱਜਦੇ ਵੇਖਣੇ ਨੂੰ ਨੈਣ ਆਏ ਬੂਹੇ ਵੱਲ ਭੱਜਦੇ ਲਹੂ ਵਿੱਚ ਭਿੱਜੀ ਕੋੜੀ ਵੇਖੀ ਪੁੱਬਾ ਮਾਰਦੀ ਟੂਮ ਟੂਮ ਰੱਖੋ ਨੀ ਇਹ ਕਲਗੀ ਜੁਝਾਰ ਦੀ ਇਸ ਗੀਤ ਵਿੱਚ ਮਾਤਾ ਜੀਤੋ ਜੀ ਡੰਗ ਵਿੱਚ ਗਏ ਆਪਣੇ ਦੋ ਵੱਡੇ ਸੁਪੁੱਤਰਾਂ ਸਾਹਿਬਜ਼ਾਦਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਦੀ ਉਡੀਕ ਕਰਦੀ ਹੈ ਪਰ ਉਸ ਨੂੰ ਉਹਨਾਂ ਦੀ ਲਹੂ ਲਿਬੜੀ ਤੇ ਪੁੱਬਾ ਮਾਰਦੀ ਕੋੜੀ ਤੋਂ ਪਤਾ ਲੱਗਦਾ ਹੈ ਉਹ جنگ ਵਿੱਚ ਸ਼ਹੀਦ ਹੋ ਗਏ ਹਨ ਇਨ੍ਹਾਂ ਸਤਰਾ ਵਿੱਚ ਇਸੇ ਦੁਖਾਂਤਕ ਚਾਕੀ ਦਾ ਵਰਣਨ ਹੈ ਜਦੋਂ ਬਾਹਰੋਂ ਆਉਂਦੇ ਕੋੜੀਆਂ ਦੇ ਪੌੜਾਂ ਦੀ ਆਵਾਜ਼ ਮਾਤਾ ਜੀਤੋ ਜੀ ਦੇ ਕੰਨਾਂ ਵਿੱਚ ਪਈ ਤਾਂ ਉਸ ਦੀਆਂ ਅੱਖਾਂ ਝਟਪਾਟ ਆਪਣੇ ਸੁਪੁੱਤਰਾਂ ਨੂੰ ਆਉਂਦੇ ਵੇਖਣ ਲਈ ਬੁਹੇ ਵੱਲ ਭੱਜੀਆਂ ਗਈਆਂ ਪਰ ਅੱਗੋਂ ਉਸ ਨੇ ਲਹੂ ਨਾਲ ਭਿੱਜੀ ਹੋਈ ਕੋੜੀ ਨੂੰ ਪੁੱब्बा ਮਾਰਦੀ ਹੋਈ ਦੇਖਿਆ ਲੱਗੇ ਹੋਏ ਕਾਠੀ ਉੱਤੇ ਲਹੂ ਨੇ ਇਹ ਦੱਸਿਆ ਮਾਏ ਤੇਰਾ ਜੋੜਾ ਦਾਦੇ ਕੋਲ ਹੈ ਜਾਂ ਵਸਿਆ ਛੱਡ ਦੇ ਉਡੀਕ ਹੁਣ ਹਾਸਾ ਦੀ ਡਾਰ ਦੀ ਚੁੰਮ ਚੁੰਮ ਰੱਖੋ ਨੀ ਇਹ ਕੱਲ ਗੀਜੁ ਝਾਰ ਦੀ ਕੋੜੀ ਦੀ ਕਾਠੀ ਉੱਪਰ ਲੱਗਾ ਲਹੂ ਇਹ ਕਹਿੰਦਾ ਪ੍ਰਤੀਤ ਹੋਇਆ ਕਿ हे ਮਾਤਾ ਅੱਜ ਤੇਰੇ ਸੁਪੁੱਤਰਾਂ ਦਾ ਜੋੜਾ ਆਪਣੇ ਦਾਦੇ ਭਾਵ ਗੁਰੂ ਤੇਗ ਬਹਾਦਰ ਦੀ ਵਾਂਗ ਸ਼ਹੀਦੀ ਪ੍ਰਾਪਤ ਕਰਕੇ ਉਹਨਾਂ ਦੇ ਕੋਲ ਹੀ ਚਲਾ ਗਿਆ ਹੈ ਇਸ ਕਰਕੇ ਤੈਨੂੰ ਹੁਣ ਆਪਣੇ ਹਾਸਸਪੁੰਤਰਾ ਦੀ ਡਾਰ ਦੀ ਉਡੀਕ ਛੱਡ ਦੇਣੀ ਚਾਹੀਦੀ ਹੈ ਮਾਤਾ ਜੀਤੋ ਜੀ ਹੁਣ ਆਪਣੇ ਵਿਛੜੇ ਜੁਝਾਰ ਦੀ ਕਲਗੀ ਨੂੰ ਚੁੰਮ ਚੁੰਮ ਕੇ ਰੱਖ ਰਹੀ ਸੀ ਧੰਨਵਾਦ